ਅੱਜ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਤੇ ਮੇਰਾ ਦਿਲ ਕਰ ਰਿਹਾ ਨਾ ਮੈਂ ਵੱਟ ਕੇ ਚਪੇੜ ਮਾਰਦਾ। ਮੈਂ ਤਾਂ ਵੈਸੇ ਹੀ ਬਹੁਤ ਤੜਬ ਹਾਂ। ਹਲੋ ਹਲੋ ਮੈਡਮ, ਬੱਬੂ ਬੈਂਸ ਮੈਂ ਸੋਨਮ ਬਾਜਵਾ। ਸੋਨਮ ਬਾਜਵਾ ਨਹੀਂ, ਬੱਬੂ ਬੈਂਸ। ਹਾਂ ਮੈਂ ਇਹੀ ਕਹਿ ਰਹੀ ਸੀ ਵੀ ਤੁਸੀਂ ਬਹੁਤ ਤੜਬ ਹੋ। ਨਹੀਂ ਤੁਸੀਂ ਵੀ ਅੜਬ ਮੁਟਿਆਰ ਹੀ ਹੋ, ਬਟ ਬੱਬੂ ਬੈਂਸ ਮੈਂ ਹੀ ਹਾਂ। ਡਾਕਟਰ ਕੋ ਜਾ ਕੇ ਮੇਰਾ ਨਾਂ ਲੈ ਦਿਓ, ਬੱਬੂ ਬੈਂਸ। ਕੀ ਬੱਬੂ ਬੈਂਸ? ਇਲਾਜ ਚ ਰਿਆਤ ਮਰ ਜੂਗੀ। ਥੋੜੀ ਜੀ ਆ ਸਿਮਿਲੈਰਿਟੀ ਹੈਗੀ ਆ, ਹੈਗਾ ਮੇਰੇ ਚੜਪ ਸੁਭਾਅ ਫੋਰ ਸ਼ੋਰ। ਜੱਟੀ ਜਾਉਣੇ ਮੋੜ ਦੀ ਬੰਦੂਕ ਵਰਗੀ, ਦੇਖ ਦੇਖ ਚੋਪੜਾਂ ਦੇ ਸਾਹ ਸੁੱਕਦੇ। ਨਹੀਂ ਨਹੀਂ ਆਪਾਂ ਇੰਟਰਵਿਊ ਸਟਾਰਟ ਕਰ ਲੈਂਦੇ ਹਾਂ। ਗੂਗਲ ਬਾਲੀਵੁੱਡ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੇਰੇ ਨਾਲ ਅੜਬ ਜੀ ਕੁੜੀ ਤੇ ਇਨੋਸੈਂਟ ਜਿਹਾ ਮੁੰਡਾ ਯਾਨੀ ਸੋਨਮ ਬਾਜਵਾ ਤੇ ਅਜੇ ਸਰਕਾਰੀਆ ਮੌਜੂਦ ਨੇ, ਜਿਨ੍ਹਾਂ ਦੀ ਫਿਲਮ ਆ ਰਹੀ ਹੈ ਅੜਬ ਮੁਟਿਆਰਾਂ ਤੇ, ਉਹ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ, ਥੈਂਕ ਯੂ ਫੋਰ ਹੈਵਿੰਗ ਅਸ। ਸਤਿ ਸ਼੍ਰੀ ਅਕਾਲ ਜੀ। ਤੇ ਮੈਮ ਫਿਲਮ ਦਾ ਟ੍ਰੇਲਰ ਜਿਹੜਾ ਹੈਗਾ ਬਹੁਤ ਚੰਗਾ ਰਿਸਪੋਂਸ ਮਿਲ ਰਿਹਾ ਤੇ ਬਹੁਤ ਸੋਹਣਾ ਰਿਸਪੋਂਸ ਹੈ ਆਡੀਅੰਸ ਦਾ, ਤੇ ਬਾਕੀ ਉਮੀਦਾਂ ਨੇ ਫਿਲਮ ਬਹੁਤ ਵਧੀਆ ਜਾਊਗੀ, ਤੇ ਤੁਹਾਡਾ ਕੀ ਕਹਿਣਾ ਕਿਉਂਕਿ ਤੁਸੀਂ ਪਹਿਲੀ ਵਾਰ ਇੰਨੇ ਅੜਬ ਜਿਹੇ ਕਰੈਕਟਰ ਦੇ ਵਿੱਚ ਨਜ਼ਰ ਆ? ਕਿਉਂਕਿ ਹੁਣ ਟ੍ਰੇਲਰ ਨੂੰ ਇੰਨਾ ਪਿਆਰ ਮਿਲਿਆ ਆ, ਗਾਣਿਆਂ ਨੂੰ ਇੰਨਾ ਪਿਆਰ ਮਿਲਿਆ, ਸੋ ਆਫਕੋਰਸ ਅਸੀਂ ਥੋੜ੍ਹੇ ਨਹੀਂ ਹੁਣ ਕਾਫੀ ਕੌਨਫੀਡੈਂਟ ਹੋ ਗਏ ਹਾਂ, ਬਟ ਆਲਸੋ ਥੋੜ੍ਹੀ ਕਿਤੇ ਨਾ ਕਿਤੇ ਨਰਵਸਨੈਸ ਹੈ, ਬਿਕੋਜ਼ ਹਮੇਸ਼ਾ ਫਿਲਮ ਰਿਲੀਜ਼ ਤੋਂ ਪਹਿਲਾਂ ਯੂ ਨੋ ਇਟਸ ਲਾਈਕ ਐਨ ਐਗਜ਼ਾਮ। ਬਟ ਮੈਨੂੰ ਉਮੀਦ ਹੈ ਕਿ ਜੇ ਲੋਕਾਂ ਨੂੰ ਟ੍ਰੇਲਰ ਇੰਨਾ ਪਸੰਦ ਆਇਆ ਤਾਂ ਫਿਲਮ ਡੈਫੀਨੇਟਲੀ ਬਹੁਤ ਪਸੰਦ ਆਊਗੀ। ਤੁਹਾਨੂੰ ਕਿੰਨੀ ਕੁ ਜ਼ਿਆਦਾ ਐਕਸਾਈਟਮੈਂਟ ਹੈ ਫਿਲਮ ਨੂੰ ਲੈ ਕੇ? ਮੈਨੂੰ ਬਹੁਤ ਹੀ ਜ਼ਿਆਦਾ ਐਕਸਾਈਟਮੈਂਟ ਜੀ, ਮੇਰੀ ਫਸਟ ਮੂਵੀ ਹੈ, ਮੈਂ ਡੈਬਿਊ ਕਰ ਰਿਹਾ ਅਤੇ ਇਸ ਤੋਂ ਜ਼ਿਆਦਾ ਵੱਡਾ ਪਲੇਟਫਾਰਮ ਮੈਂ ਨਹੀਂ ਸਮਝਦਾ ਕੋਈ ਕਿਸੇ ਨੂੰ ਮਿਲ ਸਕਦਾ ਹੈ। ਵਾਈਟ ਹਿਲ ਸਟੂਡੀਓਜ਼ ਵਰਗਾ ਪ੍ਰੋਡਕਸ਼ਨ ਹਾਊਸ ਤੁਹਾਨੂੰ ਬੈਕ ਕਰ ਰਿਹਾ ਹੋਵੇ, ਏ ਲਿਸਟ ਸਟਾਰਕਾਸਟ ਨਾਲ ਹੋਵੇ, ਆਈ ਕੁਡਨਟ ਹੈਵ ਆਸਕਡ ਫਾਰ ਮੋਰ। ਤੇ ਕਿਤੇ ਨਾ ਕਿਤੇ ਜੈਲਸ ਨਹੀਂ ਹੋਈ ਵੀ ਮੈਂ ਹੀਰੋ ਹਾਂ ਫਿਲਮ ਵਿੱਚ, ਹੀਰੋ ਵਾਲੇ ਸਾਰੇ ਕੰਮ ਮੇਰੀ ਹੀਰੋਇਨ ਕਰ ਰਹੀ ਹੈ? ਬਿਲਕੁਲ ਵੀ ਨਹੀਂ ਜੀ, ਮੈਂ ਤਾਂ ਕੌਨਫੀਡੈਂਟ ਹੀ ਬਣਾ, ਉਹ ਮੇਰੇ ਨਾਲ ਹੈ, ਇਹ ਤੋਂ ਵੱਡਾ ਮੈਨੂੰ ਹੋਰ ਕੀ ਚਾਹੀਦਾ। ਅਤੇ ਮੈਮ ਜੇ ਆਪਾਂ ਗੱਲ ਕਰੀਏ ਇਸ ਫਿਲਮ ਦੀ, ਹੈ ਨਾ ਇਹ ਫਿਲਮ ਕਿਤੇ ਨਾ ਕਿਤੇ ਲਾਈਕ ਫੀਮੇਲ ਲੀਡ ਜਿਹੜੀ ਉਹ ਐਜ਼ ਅ ਹੀਰੋ ਰਿਪ੍ਰੈਜ਼ੈਂਟ ਕਰ ਰਿਹਾ ਅਤੇ ਕਿਤੇ ਨਾ ਕਿਤੇ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਜ਼ਿਆਦਾ ਚੇਂਜਸ ਲੈ ਕੇ ਆਊ। ਉਮੀਦ ਕਰਦੀ ਹਾਂ, ਅਸੀਂ ਸਾਰੇ ਹੀ ਉਮੀਦ ਕਰ ਰਹੇ ਹਾਂ, ਅਤੇ 18 ਤਰੀਕ ਤੋਂ ਬਾਅਦ ਖੈਰ ਪਤਾ ਲੱਗੂਗਾ, ਬਟ ਐਜ਼ ਆਫ ਨਾਓ ਜਿੱਦਾਂ ਜੋ ਵੀ ਸਾਨੂੰ ਰਿਸਪੋਂਸ ਮਿਲ ਰਿਹਾ, ਇਟਸ ਅਮੇਜ਼ਿੰਗ, ਇਟਸ ਵੈਰੀ ਓਵਰਵੈਲਮਿੰਗ। ਅਤੇ ਅਸੀਂ ਸਾਰੇ ਜਾਣੇ ਜਿਨ੍ਹਾਂ ਨੇ ਸਾਡੀ ਫਿਲਮ ਦੀ ਅਤੇ ਗਾਣਿਆਂ ਦੀ ਹਾਲੇ ਤੱਕ ਸਪੋਰਟ ਕੀਤੀ ਆ, ਉਹਨਾਂ ਨੂੰ ਸਾਡੀ ਪੂਰੀ ਟੀਮ ਦਿਲੋਂ ਯੂ ਨੋ ਧੰਨਵਾਦ ਕਰਨਾ ਚਾਹੂਗੀ। ਤੁਸੀਂ ਬਹੁਤ ਸਾਰੇ ਸਟਾਰਸ ਦੇ ਨਾਲ ਕੰਮ ਕੀਤਾ, ਬਹੁਤ ਸਾਰੇ ਕੋ-ਸਟਾਰਸ ਨਾਲ ਕੰਮ ਕੀਤਾ, ਅਜੇ ਸਰਕਾਰੀਆ ਸਰ ਦੇ ਨਾਲ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ? ਬਹੁਤ ਵਧੀਆ, ਆਈ ਥਿੰਕ ਅਜੇ ਦੀ ਪਹਿਲੀ ਫਿਲਮ ਆ, ਬਟ ਉਹਨਾਂ ਦੇ ਨਾਲ ਜਦੋਂ ਕੰਮ ਕਰੋ ਤੁਹਾਨੂੰ ਬਿਲਕੁਲ ਨਹੀਂ ਲੱਗੂਗਾ ਕਿ ਉਹਨਾਂ ਦੀ ਪਹਿਲੀ ਫਿਲਮ ਆ, ਬਿਕੋਜ਼ ਹੀ ਇਜ਼ ਅ ਟ੍ਰੇਨਡ ਐਕਟਰ। ਇਹਨਾਂ ਨੇ ਨਿਊਯਾਰਕ ਤੋਂ ਟ੍ਰੇਨਿੰਗ ਲਈ ਹੋਈ ਆ, ਬੰਬੇ ਵੀ ਇਹਨਾਂ ਨੇ ਕੰਮ ਕੀਤਾ ਹੋਇਆ, ਸੋ ਫਿਲਮ ਚਾਹੇ ਉਹਨਾਂ ਦੀ ਪਹਿਲੀ ਹੈਗੀ ਆ, ਬਟ ਹੀ ਇਜ਼ ਅ ਟ੍ਰੇਨਡ ਐਕਟਰ। ਸੋ ਉਹਨਾਂ ਦੇ ਨਾਲ ਬਿਲਕੁਲ ਵੀ ਨਹੀਂ ਮਹਿਸੂਸ ਹੋਇਆ ਕਿ ਪਹਿਲੀ ਵਾਰੀ ਕਰ ਰਿਹਾ, ਐਂਡ ਹੀ ਇਜ਼ ਵੈਰੀ ਸਿੰਸੀਅਰ, ਅਤੇ ਮੈਨੂੰ ਬਹੁਤ ਅੱਛਾ, ਬਹੁਤ ਵਧੀਆ ਲੱਗਿਆ ਇਹਨਾਂ ਨਾਲ ਕੰਮ ਕਰਕੇ। ਜੇ ਆਪਾਂ ਸੋਨਮ ਜੀ ਦੇ ਕਰੈਕਟਰ ਦੀ ਗੱਲ ਕਰੀਏ, ਬੱਬੂ ਬੈਂਸ ਦਾ ਕਰੈਕਟਰ ਬੜਾ ਅੜਬ ਹੈ, ਕਿਤੇ ਸੈੱਟ 'ਤੇ ਡਰ ਲੱਗਾ ਵੀ ਨਹੀਂ ਯਾਰ ਹੁਣ ਵੀ ਕਰੈਕਟਰ 'ਚ ਆ ਜਾਊਗੀ ਤਾਂ ਮੈਨੂੰ ਡਾਂਟ ਦੋ? ਨਹੀਂ ਨਹੀਂ, ਡਰ ਨਹੀਂ ਹੈ, ਮੈਂ ਨਰਵਸ ਜ਼ਰੂਰ ਸੀਗਾ ਕਿਉਂਕਿ ਹਜੇ ਤੱਕ ਤੁਸੀਂ ਜਿਹੜੇ ਐਕਟਰਸ ਨੂੰ ਸਿਰਫ ਸਕਰੀਨ 'ਤੇ ਦੇਖਿਆ, ਉਹ ਜਦੋਂ ਤੁਹਾਡੇ ਸਾਹਮਣੇ ਆਉਂਦੇ ਇੱਕ ਉਹਨਾਂ ਦਾ ਔਰਾ ਹੀ ਇਹੋ ਜਿਹਾ ਹੁੰਦਾ, ਤੁਸੀਂ ਥੋੜ੍ਹੇ ਜਿਹੇ ਨਰਵਸ ਹੋ ਜਾਂਦੇ ਹੋ, ਬਟ ਉਹਨਾਂ ਦੀ ਖਾਸੀਅਤ ਇਹ ਹੈ ਕਿ ਕਿਉਂਕਿ ਮੈਂ ਨਵਾਂ ਸੀਗਾ, ਉਹਨਾਂ ਨੇ ਪਹਿਲਾਂ ਹੀ ਮੇਰੇ ਫਸਟ ਸ਼ਾਟ ਤੋਂ ਪਹਿਲਾਂ ਹੀ ਮੈਨੂੰ ਇੰਨਾ ਕੁ ਕੰਫਰਟੇਬਲ ਕਰਤਾ, ਮੇਰੇ ਨਾਲ ਫਰੈਂਡਲੀ ਮਾਹੌਲ ਕ੍ਰੀਏਟ ਕਰ ਲਿਆ, ਮੇਰੇ ਨਾਲ ਗੱਲ ਕਰ ਕਰਕੇ, ਕਿ ਉਹ ਮੈਨੂੰ ਡਰ ਨਹੀਂ ਲੱਗਿਆ, ਜੋ ਕਿ ਨਰਵਸਨੈਸ ਵੀ ਸੀ ਉਹ ਵੀ ਉਹਨਾਂ ਨੇ ਇੰਨੀ ਘਟਾਤੀ ਕਿ ਮੈਂ ਬਹੁਤ ਹੀ ਜ਼ਿਆਦਾ ਕੰਫਰਟੇਬਲ ਹੋ ਕੇ ਆਪਣਾ ਕੰਮ ਕੀਤਾ ਉਹਨਾਂ ਨੇ। ਤੁਸੀਂ ਬਹੁਤ ਸਾਰੇ ਰੋਲਸ ਪਲੇ ਕੀਤੇ ਆ, ਜੇ ਤੁਹਾਨੂੰ ਰੀਅਲ ਲਾਈਫ 'ਚ ਵੀ ਦੇਖੀਏ ਤੁਸੀਂ ਬਹੁਤ ਜ਼ਿਆਦਾ ਸੌਫਟ ਸਪੋਕਨ ਹੋ, ਅਤੇ ਇਹ ਰੋਲ ਪਲੇ ਕਰਨ ਨੂੰ ਮੇਰੇ ਘਰ ਆਓ ਇੱਕ ਦਿਨ ਜਸਟ ਫੋਰ ਕੇਡਮਸ। ਹਾਂ ਮੇਰੇ ਘਰ ਵਾਲੇ ਤਾਂ ਮੈਨੂੰ ਬਲਕਿ ਯੂ ਨੋ ਮੇਰੀ ਮੰਮੀ ਮੈਨੂੰ ਫੋਨ ਕਰਦੇ ਆ ਹਮੇਸ਼ਾ, ਕਹਿੰਦੇ ਆ ਬੇਟਾ ਇੱਦਾਂ ਨਹੀਂ ਕਰੀਦਾ, ਬੇਟਾ ਉੱਦਾਂ, ਮੇਰੀ ਮੰਮੀ ਕੋਲ ਹਮੇਸ਼ਾ ਕੰਪਲੇਨਸ ਰਹਿੰਦੀਆਂ ਕਿ ਮੈਂ ਗੁੱਸਾ ਕਰਦੀ ਹਾਂ, ਮੈਂ ਇਹ ਕਰਦੀ ਹਾਂ ਕਰਦੀ ਹਾਂ, ਬਟ ਹਾਂ ਬਟ ਯਾ ਲਾਈਕ ਅਸੀਂ ਆਪਣੇ ਉੱਤੇ ਜ਼ੋਰ ਚੱਲਦਾ ਨਾ, ਮੈਂ ਬਾਹਰਲਿਆਂ ਥੋੜ੍ਹੀ ਨਹੀਂ ਕਰ ਸਕਦੇ। ਮਤਲਬ ਇਹ ਕਰੈਕਟਰ ਤੁਸੀਂ ਬਹੁਤ ਈਜ਼ੀਲੀ ਪਲੇ ਕਰ ਲਿਆ? ਨਹੀਂ ਇੰਨਾ ਈਜ਼ੀਲੀ ਵੀ ਨਹੀਂ ਹੈਗਾ, ਇਹਦੇ ਲਈ ਮਿਹਨਤ ਲੱਗੀ, ਇਹਦੇ ਲਈ ਪ੍ਰੈਪਰੇਸ਼ਨ ਲੱਗੀ, ਬਟ ਹਾਂ ਥੋੜ੍ਹੇ ਜਿਹੇ ਆ ਸਿਮਿਲੈਰਿਟੀ ਹੈਗੀ ਆ, ਹੈਗਾ ਮੇਰੇ ਚੜਪ ਸੁਭਾਅ ਫੋਰ ਸ਼ੋਰ। ਅਤੇ ਓਵਰਆਲ ਐਕਸਪੀਰੀਅੰਸ ਤੁਹਾਡਾ ਕਿੱਦਾਂ ਦਾ ਰਿਹਾ ਫਿਲਮ 'ਚ? ਬਹੁਤ ਵਧੀਆ ਰਿਹਾ ਮੈਮ, ਮੈਂ ਡ੍ਰੀਮ ਡੈਬਿਊ ਮੇਰੇ ਲਈ, ਮੈਂ ਜਿੰਨਾ ਇਹਨਾਂ ਨੇ ਦੱਸਿਆ ਕਿ ਮੈਂ ਟ੍ਰੇਨਿੰਗ ਲਿੱਤੀ ਹੋਈ ਹੈ ਨਿਊਯਾਰਕ ਤੋਂ, ਬਟ ਉਹ ਟ੍ਰੇਨਿੰਗ ਇੱਕ ਪਾਸੇ, ਜਿਹੜੀ ਸਕੂਲਿੰਗ ਮੇਰੀ ਇਸ ਸੈੱਟ 'ਤੇ ਹੋਈ ਹੈ, ਇਹਨਾਂ ਸਾਰੇ ਐਕਟਰਸ ਨੂੰ ਓਬਜ਼ਰਵ ਕਰ ਕਰਕੇ ਮੈਂ ਜੋ ਸਿੱਖਿਆ ਉਹ ਮੇਰਾ ਸਕੂਲ ਇੱਕ ਪਾਸੇ, ਆਹ ਵਾਲੀ ਸਕੂਲਿੰਗ ਮੇਰੀ ਇੱਕ ਪਾਸੇ, ਮੈਂ ਬਹੁਤ ਹੀ ਜ਼ਿਆਦਾ ਕੁਝ ਸਿੱਖਿਆ। ਅਤੇ ਰੀਅਲ ਲਾਈਫ 'ਚ ਵੀ ਇੱਦਾਂ ਹੁੰਦਾ ਨਾ, ਕਈ ਵਾਰੀ ਕੁੜੀਆਂ ਨੂੰ ਟੀਜ਼ਿੰਗ ਕਰਦੇ ਆ ਮੁੰਡੇ ਜਾਂ ਫਿਰ ਛੇੜਦੇ ਆ, ਤੁਸੀਂ ਉਹਨਾਂ ਕੁੜੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਬਿਕੋਜ਼ ਤੁਹਾਡਾ ਕਰੈਕਟਰ ਬਹੁਤ ਸਟਰੋਂਗ ਦਿਖਾਇਆ ਗਿਆ। ਮੈਂ ਉਹਨਾਂ ਕੁੜੀਆਂ ਨੂੰ ਇਹ ਕਹਿਣਾ ਚਾਹੂੰਗੀ ਕਿ ਸਮਟਾਈਮਸ ਇਗਨੋਰੈਂਸ ਇਜ਼ ਫਾਈਨ, ਲੇਕਿਨ ਜਦੋਂ ਕਹਿੰਦੇ ਨਾ ਕਿ ਜਿਹੜਾ ਪਾਣੀ ਆ ਸਿਰ ਤੋਂ ਉੱਪਰ ਚੱਲ ਜਾਏ, ਫਿਰ ਯੂ ਸ਼ੁੱਡ ਟੇਕ ਅ ਸਟੈਪ ਐਂਡ
ਕਦੀ ਵੀ ਕੋਈ ਇਸ਼ੂ ਰਿਜ਼ੋਲਵ ਹਮੇ ਮੇ ਬੀ ਸਮਟਾਈਮਸ ਯੂ ਕੈਨ ਗੈਟ ਅਵੇ ਬਟ ਆਲਵੇਜ਼ ਜਿਹੜਾ ਉਹਨੂੰ ਕਹਿੰਦੇ ਆ ਨਾ ਕਿ ਯੂ ਕਾਂਟ ਗੈਟ ਅਵੇ ਬਾਈ ਜਸਟ ਬੀਂਗ ਕੁਆਇਟ ਔਰ ਆਪਣਾ ਓਪੀਨੀਅਨ ਵੋਇਸ ਕਰਨਾ ਆਪਣੀ ਤੁਹਾਡੇ ਦਿਲ ਦੀ ਜੋ ਚੀਜ਼ ਹੈਗੀ ਉਹਨੂੰ ਸਾਹਮਣੇ ਰੱਖਣਾ ਇਹ ਹਰ ਕੁੜੀ ਨੂੰ ਆਉਣਾ ਚਾਹੀਦਾ ਔਰ ਸਹੀ ਚੀਜ਼ ਬੋਲਣੀ ਤਾਂ ਕੁੜੀ 'ਚ ਇੰਨੀ ਹਿੰਮਤ ਜ਼ਰੂਰ ਹੋਣੀ ਚਾਹੀਦੀ ਆ ਬੋਲਣ ਲਈ ਮੈਂ ਨਹੀਂ ਕਹਿੰਦੀ ਕਿ ਡਾਂਗ ਚੱਕ ਕੇ ਸਾਰਿਆਂ ਨੂੰ ਮਾਰੋ ਜੇ ਪਿਆਰ ਨਾਲ ਗੱਲ ਨਿਬੜਦੀ ਆ ਤਾਂ ਪਲੀਜ਼ ਉਹਨੂੰ ਉੱਦਾਂ ਕਰੋ ਬਟ ਸਹੀ ਗੱਲ ਲਈ ਆਵਾਜ਼ ਜ਼ਰੂਰ ਚੱਕੋ ਅਤੇ ਇਸ ਗੱਲ ਦੇ ਵਿੱਚ ਮੁੰਡਿਆਂ ਦੀ ਵੀ ਸਪੋਰਟ ਹੋਣੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਨਹੀਂ ਬਿਲਕੁਲ ਠੀਕ ਕਹਿ ਰਹੇ ਹੈ ਪਹਿਲੀ ਗੱਲ ਈਵ ਟੀਜ਼ਿੰਗ ਦਾ ਤਾਂ ਮੈਂ ਸਖਤ ਖਿਲਾਫ ਹਾਂ ਜੀ ਮੈਂ ਕਦੀ ਆਪ ਨਹੀਂ ਕਦੀ ਲਾਈਫ 'ਚ ਕੀਤੀ ਨਾ ਮੈਂ ਕਦੀ ਸਪੋਰਟ ਕੀਤੀ ਨਾ ਹੀ ਮੇਰਾ ਫਰੈਂਡ ਸਰਕਲ ਇਹੋ ਜਿਹਾ ਜਿਹੜੇ ਆਹ ਚੀਜ਼ ਬਰਦਾਸ਼ਤ ਕਰਦੇ ਹੈ ਸੋ ਬਿਲਕੁਲ ਠੀਕ ਕਿਹਾ ਸੋਨਮ ਨੇ ਜੋ ਵੀ ਕਿਹਾ ਲਾਸਟ ਆਪਾਂ ਫਿਲਮ 'ਤੇ ਮੁੜ ਕੇ ਆਉਂਦੇ ਹਾਂ ਅਤੇ ਫਿਲਮ ਦੇ ਬਾਰੇ ਲਾਸਟ 'ਤੇ ਆਪਣੇ ਫੈਨਸ ਨੂੰ ਕੀ ਕਹਿਣਾ ਚਾਹੋ ਫਿਲਮ ਲਈ ਇਹੀ ਕਹੂੰਗੀ ਕਿ ਜਿੰਨੀਆਂ ਵੀ ਅੜਬ ਮੁਟਿਆਰਾਂ ਅਤੇ ਅੜਬ ਗੱਭਰੂ ਹੈਗੇ ਆ ਔਰ ਹਾਲੇ ਤੱਕ ਸਾਡੇ ਟ੍ਰੇਲਰ ਨੂੰ ਗਾਣੇ ਨੂੰ ਇੰਨੀ ਸਪੋਰਟ ਕੀਤੀ ਆ ਸੋ ਥੈਂਕ ਯੂ ਵੈਰੀ ਮੱਚ ਫੋਰ ਦੈਟ ਐਂਡ ਸਾਡੀ ਫਿਲਮ ਜਿਹੜੀ ਆ ਉਹ 18 ਅਕਟੂਬਰ ਨੂੰ ਰਿਲੀਜ਼ ਹੋ ਰਹੀ ਆ ਪੂਰੀ ਫੈਮਲੀ ਦੇ ਨਾਲ ਬੈਠ ਕੇ ਆ ਫਿਲਮ ਤੁਸੀਂ ਇੰਜੋਏ ਕਰੋਗੇ ਯਾਰਾਂ ਦੋਸਤਾਂ ਨਾਲ ਵੀ ਕਰੋਗੇ ਸੋ ਜਸਟ ਗੋ ਐਂਡ ਵਾਚ ਆਰ ਫਿਲਮ ਔਨ 18th ਆਫ ਅਕਟੂਬਰ ਅੜਬ ਮੁਟਿਆਰਾ ਮੈਂ ਬਸ ਇਹੀ ਕਹਿਣਾ ਚਾਹੁੰਦਾ ਜੀ ਇਹ ਫੈਮਲੀ ਐਂਟਰਟੇਨਿੰਗ ਫੈਮਲੀ ਐਂਟਰਟੇਨਰ ਹੈ ਪੂਰੀ ਫੈਮਲੀ ਨਾਲ ਜਾ ਕੇ ਤੁਸੀਂ ਦੇਖ ਸਕਦੇ ਹੋ ਅਤੇ ਮੈਂ ਹਰ ਜਗ੍ਹਾ 'ਤੇ ਕਹਿੰਦਾ ਕਿ ਆਹ ਫਿਲਮ ਉਹ ਬੈਰੀਅਰ ਸਾਰੇ ਤੋੜਦੀ ਹੈ ਜਿਹੜੇ ਕਿ ਇੱਕ ਹਮੇਸ਼ਾ ਮੇਲ ਡੋਮੀਨੈਂਟ ਇੰਡਸਟਰੀ ਮੰਨੀ ਗਈ ਹੈ ਇਹਦੇ ਸੋਨਮ ਜਿਵੇਂ ਲੀਡ ਕਰ ਰਹੇ ਹਾਂ ਸੋ ਇਟਸ ਐਨ ਐਗਜ਼ਾਮਪਲ ਅਤੇ ਤੁਸੀਂ ਸਾਰੇ ਜਣੇ ਬਹੁਤ ਹੀ ਐਂਟਰਟੇਨ ਹੋਵੋਗੇ ਤੁਹਾਨੂੰ ਮੂਵੀ ਕਿਵੇਂ ਨਿਕਲ ਗਈ ਤੁਹਾਨੂੰ ਟਾਈਮ ਦਾ ਨਹੀਂ ਪਤਾ ਲੱਗੂਗਾ ਇੰਨੀ ਐਂਟਰਟੇਨਿੰਗ ਹੈ ਸੋ 18th ਅਕਟੂਬਰ ਨੂੰ ਅੜਬ ਮੁਟਿਆਰਾਂ ਜ਼ਰੂਰ ਦੇਖਿਓ